आज तो उच्ची बोले थोड़ा। आज 6 मई 2020 सरकारी रजिंद्रा हस्पताल दे विच असि स्टाफ नर्सिस सारी इकट्ठी हुई हां। ठीक है, असि अज पूरी यूनिटी दे नाल हर कैडर इत्थे खड़े हुए हां। ठीक है, और सोशल डिस्टेंसिंग दी पालना करदे हुए असि सारे इत्थे एकत्रित हुए हां। असि फ्रंट लाइन से COVID-19 दे विच ड्यूटीज कीतियां। ठीक है, पर सानू सम्मानित नहीं किया गया, इसलिए अज असि एक दूसरे नू सम्मानित किया। NS मैडम ने सानू सम्मानित किया, उन्होंने असि शुक्र गुजार हाँ। साड़ी इको एक मंग है कि सानू रेगुलर किया जाए। जो बैच 2018 दे विच असी आए सीगे, भर्ती हुए सीगे, सानू रेगुलर नहीं किया गया। असी बहुत ज्यादा लो वेजिस दे विच काम कर रहे हैं, मिनिमम लेबर वेजिस ते काम कर रहे हैं, ते सानू रेगुलर किया जाए। असी प्रोपर चैनल दे थ्रू प्रोपर वे दे नाल आए हैं, रिक्रूटमेंट रिटन एग्जाम क्लियर करके काउंसलिंग हुई है, और सानू ब्रह्म महिंद्रा जी ने सब नू वादा भी किया से रिटर्न दे विच कि सानू सब नू रेगुलर किया जाएगा। नर्सिस नू, पैरामेडिकल नू, एंसिलरी स्टाफ नू, क्लास फोर नू, सब नू रेगुलर किया जाएगा, पर किसे ते उस बारे विच गल नहीं हुई है। कितना देर हो गई सानू इत्थे? 2 साल हो गए हैं। 2016 च साडा एग्जाम होया सी, 18 च साडी भर्ती होई सी। गिनती किन्नी? हां जी, किन्नी गिनती है? ਕਿੰਨੇ ਜਣੇ ਸੀ? 121। ਡਿਊਟੀ ਕਿੱਥੇ ਚੱਲਦੀ? ਡਿਊਟੀ ਸਾਡੀ ਸਰਕਤ ਇੱਥੇ ਰਜਿੰਦਰਾ ਹਸਪੀਟਲ, TB ਹਸਪੀਟਲ। ਸੈਲਰੀ 10,000। ਸਰਕਾਰ ਨੂੰ ਕਿੰਨੇ ਵਾਰ ਲਿਖ ਕੇ ਦੇ ਚੁੱਕੇ ਹਾਂ? ਸਰਕਾਰ ਨੂੰ ਬਹੁਤ ਵਾਰ ਅਸੀਂ ਰਿਟਰਨ ਚ ਲਿਖ ਕੇ ਦੇ ਚੁੱਕੇ ਹਾਂ। ਸਰਕਾਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹਲੇ ਤੱਕ? ਕੋਈ ਜਵਾਬ ਨਹੀਂ। ਅਸੀਂ OSDs ਨੂੰ ਵੀ ਲੈਟਰਸ ਦੇ ਚੁੱਕੇ ਹਾਂ, ਹਰ ਉੱਚ ਅਧਿਕਾਰੀ ਨੂੰ ਅਸੀਂ ਲੈਟਰਸ ਦੇ ਚੁੱਕੇ ਹਾਂ ਅੱਗੇ ਫਾਰਵਰਡ ਕਰਨ ਦੇ ਲਈ। ਸਰਕਾਰ ਬਾਈ ਹੈਂਡ ਵੀ ਅਸੀਂ ਹਰ ਹੈਲਥ ਸੈਕਟਰੀ ਨੂੰ, ਹੈਲਥ ਮਿਨਿਸਟਰ ਨੂੰ ਲੈਟਰਸ ਦੇ ਚੁੱਕੇ ਹਾਂ। ਸਰਕਾਰ ਸਨਮਾਨਿਤ ਕਰ ਰਹੀ ਹੈ, ਤੁਹਾਨੂੰ ਕਿਉਂ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਸਨਮਾਨਿਤ? ਸਾਡੇ ਨਾਲ ਬਹੁਤ ਜ਼ਿਆਦਾ ਭੇਦਭਾਵ ਹੋ ਰਿਹਾ ਹੈ। ਠੀਕ ਹੈ, ਜੋ ਫਰੰਟ ਲਾਈਨ ਤੇ ਕੰਮ ਕਰ ਰਹੇ ਹੈ ਉਹਨਾਂ ਨੂੰ ਬਿਲਕੁਲ ਸਨਮਾਨਿਤ ਨਹੀਂ ਕੀਤਾ ਗਿਆ, ਉਤਸ਼ਾਹਿਤ ਨਹੀਂ ਕੀਤਾ ਗਿਆ, ਬਿਲਕੁਲ ਸਾਨੂੰ ਡਿਸਅਪੁਆਇੰਟ ਕੀਤਾ ਗਿਆ। ਬਲਕਿ ਕਿ ਜੋ ਫਰੰਟ ਲਾਈਨ ਤੇ ਕੰਮ ਕਰ ਰਹੇ ਹੈ ਉਹਨਾਂ ਨੂੰ ਬਿਲਕੁਲ ਕਿਸੇ ਵੱਲੋਂ ਕੁਛ ਵੀ, ਅਸੀਂ ਦੇਖੋ ਇੰਨਾ ਜਜ਼ਬੇ ਨਾਲ ਅਸੀਂ ਇੱਕ ਬੈਟਲ ਫੀਲਡ ਦੇ ਵਿੱਚ ਅਸੀਂ ਕੰਮ ਕੀਤਾ। ਠੀਕ ਹੈ, ਅਸੀਂ ਪੇਸ਼ੈਂਟਸ ਦੀ ਕੇਅਰ ਕੀਤੀ, ਆਪਣੀ ਸੇਵਾ ਭਾਵਨਾ ਪੂਰੀ ਦਿਖਾਈ, ਅਸੀਂ ਆਪਣੇ ਪ੍ਰੋਫੈਸ਼ਨ ਦੇ ਲਈ ਅਸੀਂ ਬਿਲਕੁਲ ਅਸੀਂ ਆਪਣੀ ਜੌਬ ਨੂੰ ਜਸਟੀਫਾਈ ਕੀਤਾ, ਪਰ ਸਾਨੂੰ ਕਿਸੇ ਨੇ ਸਨਮਾਨਿਤ ਨਹੀਂ ਕੀਤਾ। ਸਾਡਾ ਬਲਕਿ ਉਤਸ਼ਾਹ ਬਹੁਤ ਜ਼ਿਆਦਾ ਟੁੱਟਿਆ ਜਦੋਂ ਕਿ ਸਾਹਮਣੇ ਮੈਡੀਕਲ ਕਾਲਜ ਦੇ ਵਿੱਚ ਆਰਮੀ ਵੱਲੋਂ ਔਰ ਸਾਰੇ ਸੀਨੀਅਰ ਸਟਾਫ ਵੱਲੋਂ ਗ੍ਰੈਟੀਟਿਊਡ ਸੈਰੇਮਨੀ ਸੈਲੀਬ੍ਰੇਟ ਕੀਤੀ ਗਈ, ਪਰ ਸਾਨੂੰ ਉੱਥੇ ਇਨਵਾਈਟ ਵੀ ਨਹੀਂ ਕੀਤਾ। ਕੀ ਸਟਾਫ ਨਰਸੀ ਨੂੰ ਉਸ ਦਿਨ ਕੋਈ ਸੁਨੇਹਾ ਵੀ ਨਹੀਂ ਦਿੱਤਾ ਗਿਆ? ਸਾਨੂੰ ਬਿਲਕੁਲ ਕੋਈ ਇਨਵੀਟੇਸ਼ਨ ਨਹੀਂ ਮਿਲਿਆ ਉਸ ਬਾਰੇ ਵਿੱਚ।